प्यारे बच्चे और सशय काल तो सबका स्वागत करता हां आज दी वीडियो विच आज मैं सब नु कराण जा रहा हूं गणित छुट्टियां दे काम दे पेशन समर्थ ती ए वर्कशीट ता जो की तो हमारी मैथ दी है हुन आगे आपा गणित उत्ते आ सकिया है ए प्राइमरी क्लास ते तीसरी तो पांचवी दी है ते चलो हुन आपा इस वीडियो नु शुरू करांगे पर उस तो पहला जे तो हा निहास तक मेरे चलो सब्सक्राइब नहीं किता है तो कर दो नाल कर दो इस वीडियो नु लाइक उस बेल आइकन नु भी तो सर दबा दियो ताकि थान मेरी वीडियो दी नोटिफिकेशन सब तो पैना मिले जे तो हनु नाल ही कोई ਅਛੁਟੀਆਂ ਤਾਂ ਘੱਟ ਮਿਲਿਆ ਹੋਵੇ ਉਹ ਵੀ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਨਹੀਂ ਦੱਸ ਸਕਦੇ ਹੋ ਮੈਂ ਤੁਹਾਡੇ ਲਈ ਹੋਰ ਵੀਡੀਓ ਜ਼ਰੂਰ ਲੈ ਕੇ ਆਵਾਂਗਾ ਕੋਈ ਇਹ ਜਿਹਾ ਕੰਮ ਹੋਵੇ ਜੋ ਤੁਹਾਡਾ ਤੋਂ ਨਾ ਹੁੰਦਾ ਹੋਵੇ ਕੋਈ ਵੀ ਸਬਜੈਕਟ ਤੋਂ ਰਿਲੇਟਡ ਉਹ ਵੀ ਮੈਂ ਤੁਹਾਡੇ ਲਈ ਲੈ ਕੇ ਆਵਾਂਗਾ ਉਹਨਾਂ ਮੈਥਸ ਤੋਂ ਰਿਲੇਟਡ ਵੀ ਜ਼ਰੂਰ ਤਾਂ ਪਿਆਰੇ ਬੱਚਿਓ ਇਸ ਵੀਡੀਓ ਵਿੱਚ ਜਿੰਨੀਆਂ ਵੀ ਵਰਕਸ਼ੀਟ ਹੋਣਗੀਆਂ ਮੈਂ ਉਹਨਾਂ ਦੇ ਬਾਰੇ ਯਾਨੀ ਤੁਹਾਨੂੰ ਵੀਡੀਓ ਪਾਸ ਕਰਕੇ ਆਪਣੀ ਬੁੱਕ ਦੇ ਵਿੱਚ ਉਹਨਾਂ ਨੂੰ ਫਿਲ ਕਰਨਾ ਹੈ ਤੁਹਾਨੂੰ ਟਾਈਮ ਦਿੱਤਾ ਜਾਵੇਗਾ ਤਾਂ ਚਲੋ ਹੁਣ ਆਪਾਂ ਇਸ ਵੀਡੀਓ ਨੂੰ ਕਰਦੇ ਆ ਸ਼ੁਰੂ ਵੀਡੀਓ ਪਾਸ ਕਰਕੇ ਵਰਕਸ਼ੀਟ ਨੰਬਰ 1 ਨੂੰ ਫਿਲ ਕਰ ਲਓ ਮੇਰੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੁਸੀਂ ਸਾਰੇ ਇਸ పేਜ ਦੇ ਉੱਤੇ ਜੋ ਦੂਜਾ ਕੁਐਸਚਨ ਹੈ ਹੇਠ ਦਿੱਤੀ ਸੰਖਿਆ ਨੂੰ ਪਛਾਨੋ ਇਸ ਦੇ ਵਿੱਚ ਤੁਹਾਨੂੰ ਕੀ ਕਰਨਾ ਹੈ ਕਿ ਇੱਕ ਇੱਕ ਸੰਖਿਆ ਦਿੱਤੇ ਉਂਗਲੀ ਰੱਖ ਕੇ ਉਹ ਸੰਖਿਆ ਨੂੰ ਬੋਲ ਕੇ ਦੱਸਣਾ ਹੈ ਜੇ ਸਭ ਤੋਂ ਪਹਿਲਾ ਸੋਨਾ ਹੈ ਤਾਂ 16 ਇਸ ਦੇ ਨਾਲ ਹੀ ਪਿਆਰੇ ਬੱਚਿਓ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਬਸਕ੍ਰਾਈਬ ਕਰਦੇ ਨਾਲ ਜੇ ਤੁਸੀਂ ਬੈਲ ਆਈਕਨ ਨੂੰ ਦਬਾਓਗੇ ਤਾਂ ਤੁਹਾਨੂੰ ਮੇਰੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲੇਗੀ ਬੈਲ ਆਈਕਨ ਨੂੰ ਪ੍ਰੈਸ ਕਰਨ ਦੇ ਨਾਲ ਤੁਹਾਨੂੰ ਜੋ ਵੀ ਮਿਸ਼ਨਸ ਵਰਤ ਦੀ ਅੱਗੇ ਵੀਡੀਓ ਪਾਵਾਂਗਾ ਉਹਨਾਂ ਦੀ ਨੋਟੀਫਿਕੇਸ਼ਨ ਖੁਦ ਹੀ ਤੁਹਾਡੇ ਕੋਲ ਆ ਜਾਵੇਗੀ ਅਤੇ ਨਾਲ ਹੀ ਪਿਆਰੇ ਬੱਚਿਓ ਜੇ ਤੁਹਾਨੂੰ ਕੋਈ ਵੀ ਸਬਜੈਕਟ ਸੋ ਰਿਲੇਟਡ ਕੋਈ ਡਾਊਟ ਹੋਵੇ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ ਆਦੇ ਨਾਲ ਹੀ ਜੇ ਤੁਹਾਨੂੰ ਕੋਈ ਵੀ ਐਸੇ ਆਦ ਗੁਛ ਚਾਹੀਦਾ ਹੋਵੇ ਉਹ ਵੀ ਦੱਸ ਸਕਦੇ ਹੋ ਮੈਥ ਤੋਂ ਰਿਲੇਟਡ ਇੰਗਲਿਸ਼ ਅਲੱਗ-ਅਲੱਗ ਸਬਜੈਕਟ ਹੋਵੇ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਦੱਸ ਸਕਦੇ ਹੋ ਤਾ ਪਿਆਰੇ ਬੱਚਿਓ ਅੱਜ ਦੀ ਵੀਡੀਓ ਲਈ ਨਹੀਂ ਮੈ ਤੁਹਾਨੂੰ ਸਭ ਨੂੰ ਮਿਲੂਗਾ ਅਗਲੀ ਵੀਡੀਓ ਵਿੱਚ ਇਹ ਆਪਣਾ ਵਰਕਸ਼ੀਟ ਨੰਬਰ 8 ਹੈ ਜੋ ਕਿ ਅੱਜ ਤੱਕ ਹੀ ਤਤਾਂ ਨਵਾਦ ਪਿਆਰੇ ਬੱਚਿਓ ਇਸ ਵੀਡੀਓ ਨੂੰ ਪੂਰੇ ਦੇਖਣ ਲਈ